ਸੈਦਾ ਗੇਟ ਦੇ ਕੋਲ ਫੈਂਸੀ ਪਕੜੀ ਹਾਊਸ ਨਾਇਆ ਬਾਜ਼ਾਰ ਸੈਦਾ ਗੇਟ ਦੇ ਕੋਲ ਫੈਂਸੀ ਪਕੜੀ ਹਾਊਸ ਰਾਤੀ 8:30 ਵਜੇ ਦੁਕਾਨ ਬੰਦ ਕਰਕੇ ਵਾਪਸ ਗਏ ਹਾਂ ਸਵੇਰੇ 6 ਵਜੇ ਮੈਨੂੰ ਮੇਰੇ ਸਾਹਮਣੇ ਵਾਲੇ ਦੁਕਾਨਦਾਰ ਦਾ ਫੋਨ ਆਇਆ ਵੀ ਤੁਹਾਡੇ ਇੱਥੇ ਸ਼ਟਰ ਚੱਕਿਆ ਹੋਇਆ ਸਾਰਾ ਅਤੇ ਫਿਰ ਅਸੀਂ ਆ ਕੇ ਮੌਕੇ 'ਤੇ ਦੇਖਿਆ ਸ਼ਟਰ ਸੱਬਲ ਨਾਲ ਤੋੜਿਆ ਹੋਇਆ ਸੀਗਾ ਅਤੇ ਬਾਕੀ ਹੋਰ ਨੁਕਸਾਨ ਤਾਂ ਕੋਈ ਨਹੀਂ ਹੋਇਆ ਪਰ ਕੈਸ਼ ਵਗੈਰਾ ਦਾ ਕੈਸ਼ ਦਾ ਨੁਕਸਾਨ ਹੋਇਆ ਸਰ ਕਿੰਨਾ ਕੁ ਗਿਆ ਸੀਗਾ 60-65 ਹਜ਼ਾਰ ਦੇ ਕਰੀਬ ਸੀਗਾ ਜੀ ਕੈਸ਼ ਦਾ ਨੁਕਸਾਨ ਹੋਇਆ ਕੈਸ਼ ਚੱਕਿਆ ਗਿਆ ਤਰ ਕੋਈ ਸੀ ਸੀ ਟੀ ਵੀ ਫੁਟੇਜ ਵਗੈਰਾ ਲੱਗੀ ਹੋਈ ਆਪਣੇ ਸੀ ਸੀ ਟੀ ਵੀ ਫੁਟੇਜ ਵੀ ਭਾਜੀ ਲੱਗੀ ਤਾਂ ਸਾਡੇ ਨਹੀਂ ਹੈਗੀ ਸਾਹਮਣੇ ਵਾਲਿਆਂ ਦੀ ਹੈਗੀ ਹੈ ਪਰ ਕਿਸੇ ਦਾ ਕੁਝ ਗਲੀ ਵੱਲ ਨਹੀਂ ਹੈਗਾ ਸੜਕ ਵੱਲ ਕੋਈ ਕਿਤੇ ਪਤਾ ਲੱਗਾ ਜਿੱਦਾਂ 4-5-6 ਵਜੇ ਦੀ ਕਿਹੜੀ ਘਟਨਾ ਕਹਿੰਦੇ ਆ ਵੀ ਇੱਥੇ ਕਾਰ ਲੱਗੀ ਹੋਈ ਸੀਗੀ ਅਤੇ ਉਹਦਾ ਨੰਬਰ ਵੀ ਉਹਨਾਂ ਨੇ ਦੱਸਿਆ ਹੈਗਾ ਸੀਗਾ 5 ਵਜੇ ਅਤੇ ਬਾਕੀ ਹੁਣ ਸਾਹਮਣੇ ਸੀ ਸੀ ਟੀ ਵੀ ਕੈਮਰਾ ਹੈਗਾ ਉਹਦੇ ਤੋਂ ਪਤਾ ਕਰਾਉਂਦੇ ਹਾਂ ਕਾਰ ਦਾ ਪੁਲਿਸ ਮੌਕੇ 'ਤੇ ਆ ਗਈ ਸੀ ਪੁਲਿਸ ਮੌਕੇ 'ਤੇ ਪਹੁੰਚ ਗਈ ਸੀਗੀ ਫੋਨ ਕਰ ਦਿੱਤਾ ਸੀਗਾ ਗੱਲ ਕੁਛ ਨਹੀਂ ਸਵੇਰੇ ਮੈਂ ਸੁੱਤਾ ਪਿਆ ਜਿਵੇਂ ਫੋਨ ਆਇਆ ਮੈਨੂੰ ਇੱਥੇ ਸੈਰ ਕਰਨ ਵਾਲੇ ਬੰਦੇ ਜਿਹੜੇ ਕਹਿੰਦੇ ਤਾਂ ਤੁਸੀਂ ਦੁਕਾਨ ਛੱਡੋ ਚਿੱਟ ਕੇ ਨਹੀਂ ਮੈਂ ਕਹਿੰਦਾ ਮੈਨੂੰ ਲੱਗਦਾ ਚੋਰੀ ਹੋਈ ਹੈ ਆ ਸਾਹਮਣੇ ਉਹਨੇ ਸਾਡੇ ਮੇਰੇ ਬਹੁਤ ਮੁਸ਼ਕਲ ਸੁੱਤਾ ਲੈ ਕੇ ਡੋਗ ਲੈ ਕੇ ਘੁੰਮਦੇ ਰਹੇ ਉਹਨਾਂ ਨੇ ਫੋਨ ਕਰਨਾ ਦੁਬਾਰਾ 5 ਮਿੰਟ 'ਚ ਪਹੁੰਚ ਗਏ ਉੱਥੇ ਪਹੁੰਚਣ ਤੋਂ ਬਾਅਦ ਮੈਂ ਦੇਖਿਆ ਇੱਥੇ ਪੋਜੀਸ਼ਨ 'ਚ ਜੋ ਤੁਸੀਂ ਦੇਖਦੇ ਪਿਓ ਅਤੇ ਅੰਦਰ ਮੈਂ ਦੇਖਿਆ ਅੰਦਰ ਆਇਆ ਮੈਂ ਕਿਹਾ ਦੇਖਿਆ ਕੀ ਨੁਕਸਾਨ ਹੋਇਆ ਕੀ ਲੈ ਗਿਆ ਉਹ ਸਭ ਤੋਂ ਪਹਿਲੇ ਅੰਦਰ ਐਂਟਰ ਕੀਤੇ ਅਤੇ ਯਾਰ ਮੇਰਾ ਗੱਲਾ ਸੀ ਜਿਹੜਾ 60-70-80 ਕਿਲੋ ਦੇ ਕਰੀਬ ਹੁੰਦਾ ਦੋ ਕੁਇੰਟਲ ਦੇ ਕਰੀਬ ਹੁੰਦਾ ਉਹਦੇ 'ਚ ਮੇਰੇ ਡਾਕੂਮੈਂਟ ਹੈਗੇ ਨੇ ਸਾਰੇ ਅਤੇ ਪਲੱਸ ਕੈਸ਼ ਜਿਹੜੀ ਅਸੀਂ ਵੱਲੋਂ ਕਹਿੰਦੇ ਸੇਲ ਕਰਦੇ ਹਾਂ ਹਫ਼ਤੇ 10 ਦਿਨ ਦਾ ਅੱਜ ਸੈਚਰਡੇ ਅਤੇ ਸੈਚਰਡੇ ਪੇਮੈਂਟ ਕਰਦੇ ਹਾਂ ਨਾ ਕਿੰਨੇ ਕੁ ਗਿਆ ਸੀ ਅੰਕਲ ਜਿੱਦਾਂ ਨਾ 100-100 ਦੇ ਨੋਟ ਨਵੇਂ ਸੀਗੇ ਬਿਲਕੁਲ ਬ੍ਰੈਂਡ ਕੋਈ ਪਾਰਟੀ ਸੀ ਕੁਛ ਕੈਸ਼ 5-5 ਰੁਪਏ ਕੁਛ ਮੁੰਡੇ ਦੇ ਟਾਇਰ ਰੱਖੇ ਹੁੰਦੇ ਨੇ ਵੀ ਜਿਹੜੇ ਕਹਿੰਦੇ ਮੋਇੰਗ ਤੋਂ ਮੈਂ ਤੁਹਾਨੂੰ ਕੱਲ੍ਹ ਲੱਗਣਾ ਬਾਅਦ ਲੋਕ ਵੱਖਰੇ ਰੱਖਦੇ ਕਹਿੰਦੇ ਨਾ ਮਤਲਬ ਟੋਟਲ 7 ਹਜ਼ਾਰ ਪੂਰਾ ਗੱਲਾਂ ਹੀ ਲੈ ਗਏ ਗੱਲਾਂ ਹੀ ਲੈ ਕਿੱਥੇ ਰਹਿੰਦੇ ਤੁਸੀਂ ਅਸੀਂ KMB ਕਾਲਜ ਦੇ ਕੋਲ ਕੋਈ ਸੀ ਸੀ ਟੀ ਫੁਟੇਜ ਲੱਗੇ ਕਿ ਹਮੇ ਕੋਈ ਲੱਗਾ ਹੋਇਆ ਸਾਹਮਣੇ ਸਾਡੇ ਡਾਕਟਰ ਜੈਂਟਲ ਦਾ ਹੈਗੀ ਇਹ ਨਵਾਂ ਫੈਸ਼ਨ ਮੁਹੱਲਾ ਗੋਬਿੰਦੀ ਦਾ ਐਸਡੋ ਰੋਡ ਆਫ ਦੀ ਸ਼ੋਪ ਹੈ ਇਸ ਵੇਲੇ 7 ਵਜੇ ਫੋਨ ਆਇਆ ਕਿ ਜਦੋਂ ਤਾਰ ਟੁੱਟੇ ਹੋਏ ਅਸੀਂ ਆਏ ਹਾਂ ਅਤੇ ਮੁਹੱਲੇ ਵਾਲੇ ਇਕੱਠੇ ਹੋਏ ਸੀ ਅਤੇ ਸੜਕ 'ਚ ਥੋੜ੍ਹਾ ਜਿਹਾ ਗੋਲੀ ਮੈਂ ਟੁੱਟਾ ਆਇਆ ਸੀ ਸਾਰੇ ਮਿਲ ਕੇ ਚੱਕਿਆ ਅਤੇ ਪੈਸੇ ਗੈਮ ਅਤੇ ਡੈੱਕ ਗੈਮ ਕਿੰਨੇ ਕੁ ਵਜੇ ਫੋਨ ਆਇਆ ਤੁਹਾਨੂੰ ਮੈਨੂੰ ਆਇਆ ਫੋਨ 7 ਵਜੇ 7:15 ਕਿੰਨੇ ਦਾ ਫੋਨ ਆਇਆ ਕਿਸੇ ਅਨਨੋਨ ਨੰਬਰ ਦਾ ਬੰਦੇ ਦਾ ਮੁਹੱਲੇ ਹੋਏ ਸੀ ਬਾਈ ਅੱਛਾ 12 ਵਜੇ ਉਹਦਾ ਫੋਨ ਕੋਈ ਸੀ ਸੀ ਟੀ ਵੀ ਕੈਮਰੇ ਵਗੈਰਾ ਲੱਗੇ ਆਪਣੇ ਉਹ ਪਰਲੇ ਪਾਸੇ ਲੱਗੇ ਅੱਧੇ ਲੱਗੇ ਤੁਹਾਡੀ ਦੁਕਾਨ 'ਤੇ ਲੱਗੇ ਅੱਧੇ ਲੱਗੇ ਅਤੇ ਕਿੰਨਾ ਕੁ ਨੁਕਸਾਨ ਹੋ ਗਿਆ ਸਮਥਿੰਗ 3+ ਹੀ ਆ ਕੋਈ 35 ਵਿੱਚ ਨਵਾਂ ਬਾਜ਼ਾਰ ਹੋਈ ਫੈਂਸੀ ਪਬਲਿਕ ਹੋਸਪਿਟਲ ਅਤੇ ਸਰ ਉਹਨਾਂ ਦੇ ਕੰਡੇ ਚੁੱਕੇ ਵੀ ਵਾਪਰ ਸੀ ਪੈਸੇ ਨੇ ਬਾਕੀ ਕੋਈ ਸਮਾਨ ਨਹੀਂ ਚੱਲਿਆ ਉਹਨਾਂ ਦਾ ਉਹ ਲੈ ਗਏ ਮੌਕੇ 'ਤੇ ਸਾਡੀ ਕੋਈ ਆਈ ਸਿੰਗਰ ਪਿੰਡ ਦੇ ਸਿੰਗਰ ਲਏ ਨੇ ਅਤੇ ਆਲੇ ਦੁਆਲੇ ਪੱਚੀ ਸੀ ਜਾਂਦੀ ਜੱਟ ਕਰ ਦਿਖਾਂਗੇ ਜੋ ਲੱਗਾ ਤਾਂ ਪਤਾ ਕਿ ਕੋਈ ਗੱਡੀ ਆਈ ਸਾਡੇ ਪੰਜ ਉਹਦੇ ਹਿਸਾਬ ਨਾਲ ਸਰ ਦੁਕਾਨ ਦੇ ਅੰਦਰ ਕੋਈ ਏਸੀਸੀ ਲੱਗਿਆ ਨਹੀਂ ਅੰਦਰ ਕੋਈ ਏਸੀਸੀ ਨਹੀਂ ਕੋਈ ਆਸੇ ਪਾਸੇ ਪਤਾ ਲੱਗਾ ਕਿ ਕਿੱਦਾਂ ਸ਼ਟਰ ਰੋੜਿਆ ਕੌਣ ਸੀ ਕਿੱਦਾਂ ਮਤਲਬ ਕੌਣ ਆਏ ਬੰਦੇ ਹੋਏ ਆਸੇ ਪਾਸੇ ਕੋਈ ਕੈਮਰਾ ਨਹੀਂ ਹੈਗੇ ਸਾਨੂੰ ਜਿਹੜੀ ਦੁਕਾਨਾਂ ਖੁੱਲਦੀਆਂ ਜਿਹੜੇ ਕੈਮਰੇ ਰਸਤੇ 'ਚ ਲੱਗੇ ਨੇ ਦੁਕਾਨਾਂ 'ਚ ਉਹ ਚੈੱਕ ਕਰਕੇ ਪਤਾ ਲੱਗ ਸਕਦਾ ਵੀ ਕੋਈ ਗੱਡੀ ਆਈ ਜਾਂ ਕਿਹੜੇ ਬੰਦੇ ਆਏ ਕੋਈ ਰਾਹਗੀਰ ਨੇ ਦੱਸਿਆ ਕੋਈ ਕਿੱਦਾਂ ਬੰਦੇ ਸੀ ਕੌਣ ਸੀਗੇ ਕੋਈ ਸਰਕਾਰ ਦੀ ਸਾਢੇ 5-4 ਮੁੰਡੇ ਘੁੰਮਦੇ ਸੀ 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 ਟੀ ਚੱਲ ਰਿਹਾ ਚੈੱਕ ਕਰਨਾ ਜਿਹੜੇ ਗੱਡੀ ਨੰਬਰ ਸੀ ਕੀ ਸੀ ਕੋਈ ਗੱਡੀ ਨੰਬਰ ਨੋਟ ਨਹੀਂ ਹੋਇਆ ਹਜੇ ਤੱਕ ਕਿੰਨੇ ਕੁ ਦੀ ਚੋਰੀ ਹੋਈ ਪਤਾ ਲੱਗਾ ਕੁਛ 4-4.5 ਸਾਢੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ 7 ਹਜ਼ਾਰ ਹੋਇਆ 7-8 ਹਜ਼ਾਰ ਦਾ ਕੀ ਨਾਮ ਆ ਦੁਕਾਨ ਦਾ ਫੈਂਸੀ ਪਗੜੀ ਹੋ ਗਈ ਕੀ ਨਾਮ ਆ ਸਰ ਤੁਹਾਡਾ ਬਸ ਸਵੇਰੇ ਆਏ ਇੱਥੇ ਆਪਣਾ ਕੋਈ 8 ਵਜੇ ਕਰੀਬ ਆਏ ਆ ਜੋ ਮਾਲਕ ਆ ਨਵਾਬ ਕੱਪੜੇ ਦੀ ਦੁਕਾਨ ਹੋਏ ਜੀ ਮੁੰਡਾ ਨਵਾਬ ਇਹਨਾਂ ਦੀ ਮਤਲਬ ਪਤਾ ਲੱਗਾ ਕਿ ਕੋਈ ਅਮਸ਼ਰਤਾ ਨਾਮ ਲੂਮ ਵਿਕਤੀ ਕੋਈ ਚੋਰੀ ਕਰਕੇ ਲੈ ਗਏ ਨੇ ਇਹਨਾਂ ਦੀ ਆਪਾਂ ਸਟੇਟਮੈਂਟ ਲਈ ਆ ਜੋ ਜਲਦੀ ਤੋਂ ਜਲਦੀ ਬੰਦੇ ਫੜ ਕੇ ਇਨਸਾਫ ਦਵਾਇਆ ਜਾਊਗਾ ਕੋਈ ਸੀ ਸੀ ਟੀ ਵੀ ਕੈਮਰਾ ਲੱਗੇ ਭਾਅ ਜੀ ਨਹੀਂ ਸੀ ਸੀ ਟੀ ਵੀ ਕੈਮਰਾ ਹੈ ਨਹੀਂ ਇੱਕ ਕੈਮਰਾ ਹੈਗਾ ਵਾ ਦੇਖਦੇ ਹਾਂ ਜਿਸ ਤਰ੍ਹਾਂ ਲੱਗ ਗਿਆ ਪਤਾ ਸਾਨੂੰ ਆਪਾਂ ਦੇਖਦੇ ਹਾਂ ਖੁੱਲਦੇ ਹਾਂ ਇਸੇ ਰੋਡ 'ਤੇ ਹੋਰ ਵੀ ਕਿਸੇ ਦੁਕਾਨ 'ਤੇ ਚੋਰੀ ਹੋਈ ਹੈ ਹਾਂਜੀ 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 ਚੜੀ ਹੋਈ ਹੈ ਧਵਨ ਅੰਪਰੀਵਿਲ ਕੱਪੜੇ ਦੁਕਾਨ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਦੋਨਾਂ ਦੁਕਾਨਾਂ 'ਤੇ ਦੱਸਿਆ ਯਾਰ ਇੱਥੇ 30-20 ਹਜ਼ਾਰ ਗੱਲੇ 'ਚ ਪਏ ਜੀ ਪੈਸੇ ਉਹ ਲੈ ਗਏ ਨੇ ਇੱਕ ਪੈਂਟ ਸੀ ਨਾ ਜੀ ਹਾਂਜੀ ਇੱਕ ਪੈਂਟ ਅਤੇ ਕੁਝ ਉੱਧਰੋਂ ਕੁਝ ਪੈਸੇ ਗੜੇ ਨੇ ਹਾਂਜੀ ਸਰ ਆਸੇ ਪਾਸੇ ਸੀਸੀਟੀਵੀ ਵੇਖੀ ਹਲੇ ਅਜੇ ਦੇਖੀ ਆ ਲੇਕਿਨ ਉਹ ਬੰਦ ਦੁਕਾਨਾਂ ਸਾਰੀਆਂ ਕੋਈ ਉਹਦਾ ਰਾਹਗੀਰ ਤੋਂ ਪਤਾ ਲੱਗਾ ਕਿ ਕੀ ਹੋਇਆ ਕੋਈ ਮੈਟਰ
ਰਾਹਗੀਰ ਤੋਂ ਕੋਈ ਨਹੀਂ ਪਤਾ ਲੱਗਾ ਜੀ, ਰਾਹਗੀਰ ਤੋਂ ਨਹੀਂ ਪਤਾ, ਅਸੀਂ ਆਪਣੇ ਤੌਰ 'ਤੇ ਵੇਖੇ ਤੁਹਾਨੂੰ। ਕੀ ਨਾਮ ਸਰ ਆਪਣਾ? ਮੇਰਾ ਨਾਮ ਹੈ ਐਸ ਆਈ ਜੋਗੇ ਸਿੰਘ।